ਇਹ ਸਰੀਰ ਨੂੰ ਜੇ ਗਾਲਣਾ ਹੋਵੇ ਦੋਏ ਚੀਜ਼ਾਂ ਬਹੁਤ ਨੇ, ਕਿੰਨਾ ਹੀ ਖਾਈ ਜਾ, ਕਿੰਨਾ ਹੀ ਵਿਟਾਮਿਨ ਖਾ ਲੈ, ਜੋ ਕਰਨਾ ਕਰ ਲੈ। ਇਹ ਦੋ ਚੀਜ਼ਾਂ ਜਿੰਨਾ ਚਿਰ ਦੰਦ ਆਉਂਦੀਆਂ ਨੇ ਉਨ੍ਹਾਂ ਚਿਰ ਸਰੀਰ ਗਲਦਾ ਹੀ ਚਲਾ ਜਾਏਗਾ, ਜਿਉਂ ਕੰਚਨ ਸੁਹਾਗਾ ਟਲ। ਕ੍ਰੋਧ ਕਰਨ ਵਾਲਾ ਬੰਦਾ ਪਰਮੇਸ਼ੁਰ ਦੇ ਦਰ ਤੋਂ ਬਹੁਤ ਦੂਰ ਚਲਾ ਜਾਂਦਾ। ਜਿਸ ਅੰਤਰ ਕ੍ਰੋਧ ਚੰਡਾਲ ਤਿਸਕੇ ਨਿਕਟ ਨਾ ਪਿੱਟੀਏ। ਦੋ ਤਰ੍ਹਾਂ ਦਾ ਕ੍ਰੋਧ ਹੁੰਦਾ। ਗੁਰਮੁਖ ਦਾ ਗੁੱਸਾ ਕਹਿੰਦੇ ਨੇ ਪਾਣੀ ਤੇ ਲਕੀਰ ਹੋਇਆ ਕਰਦੀ, ਮਨਮੁਖ ਦਾ ਜਿਹੜਾ ਹੈਗਾ ਉਹ ਪੱਥਰ ਤੇ ਲਕੀਰ ਹੁੰਦੀ ਆ, ਉਹ ਨਹੀਂ ਹਟਦਾ, ਉਹ ਅੰਦਰ ਚਲਾ ਜਾਂਦਾ, ਹੱਡੀਆਂ ਚਲਾ ਜਾਂਦਾ, ਸਰੀਰ ਨੂੰ ਗਾਲਣਾ ਸ਼ੁਰੂ ਕਰ ਦਿੰਦਾ। ਇੱਥੇ ਇੱਕ ਬੀਬੀ ਆਈ, ਕਹਿਣ ਲੱਗੀ ਮੇਰੇ ਕੇਸ ਲੈ ਗਏ। ਮੈਂ ਕੀ ਗੱਲ ਕਹੀ, ਮੈਨੂੰ ਗੁੱਸਾ ਬਹੁਤ ਆਉਂਦਾ, ਬਹੁਤ ਆਉਂਦਾ ਸੀ, ਮੈਂ ਵੀ ਦੇਖਿਆ, ਗੱਲਾਂ ਸੁਣੀਆਂ, ਬਹੁਤ ਗੁੱਸਾ। ਮੈਂ ਕਿਹਾ ਬੇਟਾ ਇਹ ਤਾਂ ਤੇਰਾ ਸਰੀਰ ਬਹੁਤ ਗਲ ਜਾਏਗਾ, ਬਿਮਾਰੀਆਂ ਲੱਗ ਜਾਣਗੀਆਂ, ਬਹੁਤ ਮੁਸ਼ਕਿਲ ਹੋ ਜਾਏਗਾ, ਕਿਉਂਕਿ ਕ੍ਰੋਧੀ ਜਲਦਾ ਰਹਿੰਦਾ, ਖੂਨ ਜਲ ਦਿੰਦਾ ਆਪਣਾ ਅੰਦਰਲਾ ਸਾਰਾ, ਉਹ ਬਿਮਾਰ ਹੋਇਆ ਰਾਜੀ ਨਹੀਂ ਹੋਇਆ ਕਰਦਾ, ਫਿਰ ਲੋਕਾਂ ਦੇ ਵਿੱਚ ਫਿੱਕਾ ਪੈ ਜਾਂਦਾ, ਕਿਉਂਕਿ ਗੱਲ ਉਹਨੇ ਤਾਂ ਕਹਿ ਦੇਣੀ ਹੈ ਕ੍ਰੋਧ 'ਚ ਆ ਕੇ, ਉਹ ਭੁੱਲ ਜਾਏਗਾ, ਲੇਕਿਨ ਦੂਸਰੇ ਦੇ ਯਾਦ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਕ੍ਰੋਧ ਜਿਹੜਾ ਹੈ ਇਹ ਨੁਕਸਾਨ ਕਰਦਾ। ਸ਼ਬਦ ਦੱਸਿਆ, ਮੈਂ ਤੂੰ ਪਾਠ ਕਰਿਆ ਕਰ ਜਪਜੀ ਸਾਹਿਬ ਦੇ, ਬਾਣੀ ਪਿਆਰ ਨਾ ਪੜ। ਅਖੀਰ ਉਹਦਾ ਕ੍ਰੋਧ ਹਟਿਆ ਅਤੇ ਕੇਸ ਆਉਣੇ ਸ਼ੁਰੂ ਹੋ ਗਏ, ਅੱਖਾਂ ਨਾਲ ਅਸੀਂ ਦੇਖੀ ਇਹ ਗੱਲ। ਸੋ ਬਾਕੀ ਜੇ ਕੋਈ ਕ੍ਰੋਧ ਕਰਨ ਵਾਲਾ ਕਹੇ, ਕ੍ਰੋਧੀ ਬੰਦਾ ਕ੍ਰੋਧ ਅੰਦਰ ਲਈ ਫਿਰਦਾ, ਫਿਰ ਕਹੇ ਮੇਰੀ ਸੁਰਤੀ ਚੜ੍ਹਦੀ ਆ, ਨਹੀਂ ਸਾਹ ਨਹੀਂ, ਇਹ ਮੂਡ ਹੁੰਦੇ ਨੇ, ਮੂਡੀ ਹੁੰਦਾ ਉਹ ਬੰਦਾ, ਕਦੋਂ ਜੀੜਾ ਉਹ ਚੜ੍ਹਦਾ ਹੈ, ਕਦੋਂ ਜਾਏ ਪਿਆਲੇ, ਇਹ ਅਵਸਥਾ ਨਹੀਂ ਪ੍ਰਾਪਤ ਹੁੰਦੀ, ਸੰਬਿਰਤੀ ਨਹੀਂ ਆਉਂਦੀ, ਅਸਥਿਰ ਬੁੱਧੀ ਨਹੀਂ ਪ੍ਰਾਪਤ ਹੁੰਦੀ ਜਦ ਤੱਕ ਹੰਡੋਲੇ 'ਤੇ ਚੜ੍ਹਿਆ ਹੋਇਆ, ਕਦੇ ਕ੍ਰੋਧੀ ਹੋ ਗਿਆ, ਕਦੇ ਸ਼ਾਂਤੀ ਜਾਵੇ, ਕਦੇ ਕ੍ਰੋਧੀ ਹੋ ਗਿਆ, ਕਦੇ ਸ਼ਾਂਤੀ ਜਾਵੇ। ਸੋ ਇਹ ਟੋਟਲੀ ਛੱਡਣਾ ਪੈਂਦਾ ਕ੍ਰੋਧ, ਫਿਰ ਜਾ ਕੇ ਹੁੰਦਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ ਬ੍ਰਾਹਮਣ ਸੀਗੇ, ਕਥਾ ਕਰਿਆ ਕਰਦੇ ਸੀ ਅਤੇ ਗੁੱਸੇ ਹੋ ਗਿਆ, ਬੁਲਾਇਆ ਹੋਇਆ ਨਾ ਕਿਸੇ ਦਾ ਆਵੇ, ਉੱਥੇ ਬੈਠਾ ਸੀ ਪ੍ਰੇਮੀ, ਉਹ ਕਹਿਣ ਲੱਗਿਆ ਵੀ ਮੈਂ ਲਿਆਉਣਾ। ਕਹਿਣ ਲੱਗੇ ਤੂੰ ਕਿਵੇਂ ਲੈ ਆਵੇਂਗਾ, ਰਾਜੇ ਦੀ ਬਾਤ ਹੈ, ਕਿਸੇ ਰਾਜੇ ਦੇ ਦਰਬਾਰ ਦੀ, ਬਈ ਸਾਰੇ ਵਜ਼ੀਰ ਵੀ ਚਲਿਆ ਗਿਆ, ਹੋਰ ਮੈਂ ਬੜੇ ਬੜੇ ਭੇਜਦੇ ਨੇ ਅਤੇ ਉਹ ਆਉਂਦਾ ਨਹੀਂ। ਕਹਿਣ ਲੱਗਿਆ ਮਹਾਰਾਜ ਮੈਂ ਚੰਡਾਲ ਹਾਂ, ਇਹ ਜੋ ਕ੍ਰੋਧ ਹੁੰਦਾ ਇਹ ਵੀ ਮੇਰਾ ਭਾਈ ਹੈ, ਜੇ ਨਾ ਆਇਆ ਮੈਂ ਮੁੰਡੇ ਤੋਂ ਫੜ ਕੇ ਲਿਆਉਣਾ, ਕਿਉਂਕਿ ਮੇਰਾ ਭਾਈ ਆ ਉਹਦੇ ਅੰਦਰ। ਉੱਥੇ ਚਲਿਆ ਗਿਆ ਜਾ ਕੇ, ਕਹਿੰਦਾ ਪੰਡਿਤ ਜੀ ਮਹਾਰਾਜ ਬੁਲਾਉਂਦੇ ਨੇ ਰਾਜੇ। ਕਹਿਣ ਲੱਗਿਆ ਕਈ ਆ ਗਏ ਨੇ, ਤੂੰ ਕੌਣ ਹੈ? ਕਹਿੰਦੇ ਮੈਂ ਚੰਡਾਲ। ਕਹਿੰਦੇ ਤੂੰ ਕਿਉਂ ਮੇਰੇ ਦਰਵਾਜ਼ੇ 'ਤੇ ਆਇਆ? ਕਹਿੰਦਾ ਤੇਰੇ ਅੰਦਰ ਮੇਰਾ ਭਾਈ ਬੜਿਆ ਹੋਇਆ, ਮੈਂ ਉਹਨੂੰ ਲੈਣ ਆਇਆ। ਕਹਿੰਦਾ ਤੇਰਾ ਭਰਾ ਇੱਥੇ ਕਿੱਥੇ? ਕਹਿੰਦਾ ਕਿੱਥੇ ਹੋਣਾ ਸੀ, ਤੇਰੇ ਅੰਦਰ ਹੈ ਕ੍ਰੋਧ ਜਿਹੜਾ ਹੈ, ਚੰਡਾਲ ਹੋਇਆ ਕਰਦਾ, ਨਹੀਂ ਸਿੱਧੀ ਤਰ੍ਹਾਂ ਤੁਰ ਪਾਇਆ ਅਤੇ ਨਹੀਂ ਮੈਂ ਬਾਂਹ ਤੋਂ ਫੜ ਕੇ ਲੈ। ਸੋ ਮਹਾਰਾਜ ਕਹਿੰਦੇ ਜਿਸ ਅੰਤਰ ਕ੍ਰੋਧ ਚੰਡਾਲ ਤਿਸਕੇ ਨਿਕਟ ਨਾ ਪਿੱਟੀ। ਕਹਿੰਦੇ ਉਹਦੀ ਛੋਤ ਲੱਗਦੀ ਹੈ, ਉਹਦੇ ਬਲੱਡ ਦੀ ਵਾਈਬਰੇਸ਼ਨ ਸਾਡੇ ਵਿੱਚ ਐਂਟਰ ਕਰ ਜਾਏਗੀ, ਕਹਿੰਦੇ ਨੇੜੇ ਨਾਲ ਹੱਥ ਬਣਾ ਲਾਓ ਉਸਨੂੰ, ਕਿਉਂਕਿ ਉਹ ਉਸ ਵੇਲੇ ਪਿੱਟਿਆ ਹੋਇਆ। ਸੋ ਉਹਦਾ ਨਾਮ ਕਿਵੇਂ ਚੱਲ ਜਾਏਗਾ ਜੇ ਕ੍ਰੋਧੀ ਬੰਦਾ ਕਹੇ ਵੀ ਮੇਰਾ ਨਾਮ ਚੱਲਦਾ? ਬਿਲਕੁਲ ਗਲਤ ਹੈ, ਸ਼ਾਂਤ ਬਿਰਤੀ ਵਾਲੇ ਦਾ ਨਾਮ ਚੱਲਦਾ। ਜਿਹੜੀ ਬਿਰਤੀ ਕਦੇ ਅੱਪ ਹੋ ਗਈ ਕਦੇ ਡਾਊਨ ਹੋ ਗਈ, ਉਹ ਨਹੀਂ ਚੱਲਿਆ ਕਰਦੀ, ਉਹ ਥਿਰ ਬੁੱਧੀ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਸਾਰਿਆਂ ਨੂੰ ਸਮਤਾ 'ਚ ਲਿਆਉਣਾ ਪੈਂਦਾ। ਸੋ ਬਾਕੀ ਜੇ ਸਾਰਾ ਅਸੀਂ ਸਮਝੀਏ ਤਾਂ ਇਹ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਇਹਦੇ ਵਿੱਚ ਜੋ ਸਿੱਖਿਆ ਹੈ ਇਹਨੂੰ ਐਂ ਨਾ ਪੜਿਆ ਕਰੋ ਵੀ ਮੈਂ ਇੰਨੇ ਪੱਤਰੇ ਕਰਤੇ, ਇੰਨੇ ਪੱਤਰੇ ਕਰਤੇ, ਨਾ। ਮੈਂ ਤਾਂ ਜੀ ਰੋਜ਼ ਦਾ 30 ਪੱਤਰੇ ਦਾ ਨਿਤਨੇਮ ਹੀ ਹਾਂ। ਹੋਏਗਾ ਪ੍ਰੇਮੀਆਂ ਪੜ੍ਹ ਲੈਂਦਾ, ਤਕੜਾ ਬੰਦਾ ਤੇਰਾ ਬ੍ਰੇਨ ਤਕੜਾ, ਪਰ ਉਹਦੇ ਨਾਲੋਂ ਜੇ ਤੂੰ ਦੋਏ ਪੜ੍ਹ ਲੈ ਬਹੁਤ ਨੇ, ਵਿਚਾਰ ਕੇ ਪੜ੍ਹ ਲੈ, ਕਿ ਬਾਣੀ ਵਿਚਾਰਨੀ ਪੈਂਦੀ ਹੈ, ਬਹੁਤ ਗਹਿਰੀ ਹੈ, ਡੂੰਘੀ ਹੈ। ਪਹਿਲਾਂ ਵਿਚਾਰੋ ਅਤੇ ਫਿਰ ਮੰਨੋ। ਜੇ ਮੰਨਦੇ ਨਹੀਂ ਹਾਂ ਪੜ੍ਹ ਲਓ ਤਾਂ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ, ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਵਲ ਪ੍ਰਿਅੰਗਨ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁੜਕਿਓ, ਅਧਕਾ ਅੰਬਦ ਵਾਧੇ ਪਿਆਰੇ, ਇਨ ਵਿਧ ਮਿਲਣਾ ਜਾਈ ਮੈਂ ਕੀਏ ਕਰਮਾਂ ਨੇਕਾ, ਹਾਰ ਪਰੇ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਜਿਹੜੀ ਵਿਚਾਰ ਵਾਲੀ ਬੁੱਧੀ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦੀ ਉਨਾ ਚਿਰ ਗੱਲ ਨਹੀਂ ਕਰਿਆ ਕਰਦੀ, ਕੇਵਲ ਬਾਤ ਬਾਤ ਰਹਿ ਜਾਂਦੀ। ਭਾਈ ਗੁਰਦਾਸ ਜੀ ਲਿਖਦੇ ਨੇ ਵੀ ਜੇ ਕੋਈ ਕਹੀ ਜਾਵੇ ਖੰਡ 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 ਖੰਡ, ਕਹਿੰਦੇ ਮੂੰਹ ਮਿੱਠਾ ਹੋ ਜਾਏਗਾ।
ਜੇ ਕੋਈ ਕਹੀ ਜਾਵੇ ਸਿਆਲ ਦੇ ਮਹੀਨੇ ਅੱਗ 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 ਅੱਗ, ਕਹਿੰਦੇ ਉਹਦਾ ਪਾਲਾ ਲੈ ਜਾਏਗਾ। ਜੇ ਬਿਮਾਰ ਬੰਦਾ ਕਹੀ ਜਾਵੇ ਵੈਦ 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 ਵੈਦ, ਕਹਿੰਦੇ ਉਹ ਰਾਜ਼ੀ ਹੋ ਜਾਏਗਾ। ਜੇ ਕੋਈ ਗਰੀਬ ਆਦਮੀ ਕਹੀ ਜਾਵੇ ਪੈਸਾ 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 ਪੈਸਾ, ਕਹਿੰਦੇ ਉਹ ਅਮੀਰ ਬਣ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਜੇ ਕੋਈ ਚੰਦਨ ਚੰਦਨ ਕਹੀ ਜਾਵੇ, ਸੁਗੰਧੀ ਤਾਂ ਨਹੀਂ ਆਉਂਦੀ ਸਰੀਰ ਕੱਪੜਿਆਂ ਚੋਂ, ਚੰਦ ਚੰਦ ਕਹੇ ਤੇ ਚਾਨਣਾ ਨਹੀਂ ਆਉਂਦਾ। ਇਸੇ ਤਰ੍ਹਾਂ ਦੇ ਨਾਲ ਗਿਆਨ ਦੀਆਂ ਗੱਲਾਂ ਕਰਨੀਆਂ, ਗਿਆਨ ਦੀਆਂ ਬਾਤਾਂ ਪੜ੍ਹਨੀਆਂ, ਉਹਦੇ ਨਾਲ ਉਹ ਅਵਸਥਾ ਨਹੀਂ ਪ੍ਰਾਪਤ ਹੁੰਦੀ ਜਦ ਤੱਕ ਉਹਦੀ ਕਮਾਈ ਨਹੀਂ ਕਰਦੇ। ਸੋ ਉਹਦੇ ਬਾਰੇ ਐਸਾ ਫਰਮਾਨ ਹੈ, ਮਨ ਪਿਆਰਿਆ ਸਿੱਖਿਆ ਪੂਰਿਆ ਗੁਰਾਂ, ਮਨ ਪਿਆਰਿਆ ਸਿੱਖਿਆ ਪੂਰਿਆ। ਜਦ ਤੱਕ ਅਸੀਂ ਉਹਨੂੰ ਨਹੀਂ ਮੰਨਦੇ ਤੇ ਮੂੰਹ ਦੇ ਨਾਲ ਰਾਮ ਰਾਮ ਕਰੀ ਜਾਂਦੇ ਹਾਂ। ਮਹਾਰਾਜ ਕਹਿੰਦੇ ਗੱਲ ਨਹੀਂ ਬਣਨੀ ਪ੍ਰੇਮੀਆਂ, ਤੂੰ ਗੁਰੂ ਦੀ ਸਿੱਖਿਆ ਮੰਨ ਫਿਰ ਚੱਲੇਗਾ ਇਸ ਰਸਤੇ ਤੇ, ਕਿਉਂਕਿ ਰਹਿਤਾਂ ਹੁੰਦੀਆਂ। ਆ ਮਸ਼ੀਨ ਬੋਲਦੀ ਆ, ਲਾਊਡ ਸਪੀਕਰ ਬੋਲਿਆ, ਕਿੰਨੀਆਂ ਤਾਰਾਂ ਲੱਗੀਆਂ ਹੋਈਆਂ, ਜਦ ਤੀ ਸਾਰੀਆਂ ਤਾਰਾਂ ਸੈੱਟ ਨਹੀਂ ਹੁੰਦੀਆਂ ਆਵਾਜ਼ ਕਿਵੇਂ ਜਾਏਗੀ। ਟੈਲੀਵਿਜ਼ਨ ਹੈ, ਜਦ ਤੱਕ ਸਾਰੀਆਂ ਤਾਰਾਂ ਪ੍ਰੋਪਰ ਆਰਡਰ 'ਚ ਨਹੀਂ ਹੁੰਦੀਆਂ, ਉਨੀ ਦੇਰ ਤੱਕ ਨਾ ਕਲਰ ਠੀਕ ਆਵੇ ਨਾ ਸ਼ਕਲ ਠੀਕ ਆਵੇ, ਲਕੀਰਾਂ ਜਿਹੀਆਂ ਪਈ ਜਾਣਗੀਆਂ, ਕਿਉਂਕਿ ਤਾਰਾਂ ਦੇ ਵਿੱਚ ਡਿਫੈਕਟ ਹੈ। ਐਸੇ ਤਰ੍ਹਾਂ ਦੇ ਨਾਲ ਜਦ ਤੱਕ ਅੰਦਰਲੀਆਂ ਰਹਿਤਾਂ ਅਸੀਂ ਪੂਰੀਆਂ, ਬਾਹਰਲੀਆਂ ਰਹਿਤਾਂ ਅਤੇ ਅੰਦਰਲੀਆਂ ਰਹਿਤਾਂ ਪੂਰੀ ਤਰ੍ਹਾਂ ਨਹੀਂ ਮੰਨਦੇ, ਉਨੀ ਦੇਰ ਤੱਕ ਨਾਮ ਨਹੀਂ, ਨਾਮ ਦੀ ਚੜ੍ਹਾਈ ਨਹੀਂ ਆਦਮੀ ਕਰ ਸਕਦਾ। ਇਹੀ ਵਜ੍ਹਾ ਹੈ ਕਿ ਜਪਦੇ ਨੇ ਫਿਰ ਥੱਲੇ ਰਹਿ ਜਾਂਦੇ ਨੇ, ਜਪਦੇ ਨੇ ਫਿਰ ਥੱਲੇ ਰਹਿ ਜਾਂਦੇ। ਮਹਾਰਾਜ ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸੁਧ ਨਾ ਹੋਏ, ਅਨਦਨ ਕਰਮ ਕਰੇ ਬਹੁਤੇਰੇ ਸੁਪਨਾ ਸੁਖ ਨਾ। ਹਰ ਹਰ ਤਾਂ ਕਰਦਾ ਲੇਕਿਨ ਕਪਟਾ ਹਿਰਦੇ ਦੇ ਅੰਦਰ। ਸੋ ਉਹ ਸਾਰੀ ਜੋ ਸਿੱਖਿਆ ਗੁਰੂ ਮਹਾਰਾਜ ਨੇ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਨੋਟ ਕਰਨ ਦੀ ਕੋਸ਼ਿਸ਼ ਕਰੋ ਵੀ ਮਹਾਰਾਜ ਕਹਿੰਦੇ ਕੀ ਨੇ। ਜਾਂ ਗੁਰੂ ਧਾਰਨ ਕਰ ਲਿਆ, ਇਸ ਰਸਤੇ ਚੱਲ ਵੀ ਚੱਲ ਪਏ, ਹੁਣ ਸਾਨੂੰ ਪੂਰੇ ਸਾਵਧਾਨੀ ਦੇ ਨਾਲ ਅੱਗੇ ਵੜਨਾ ਚਾਹੀਦਾ। ਤੇ ਮਹਾਰਾਜ ਕਹਿੰਦੇ ਆ, ਮਿਥਿਆ ਨਾਹੀ ਰਸਨਾ ਪਰਸ, ਨਾ ਹਾਸੇ ਚ, ਨਾ ਮਖੌਲ ਚ, ਨਾ ਕਿਸੇ ਨੂੰ ਗਲਤ ਗੱਲ ਕਰਨ ਚ। ਕਹਿੰਦੇ ਰਸਨਾ ਦੇ ਨਾਲ ਛੋਣੀ ਨਹੀਂ ਚਾਹੀਦੀ ਝੂਠੀ ਗੱਲ,
ਜਦ ਛੋਏਗੀ ਅੰਦਰਲੇ ਨੂੰ ਪਤਾ ਹੁੰਦਾ ਵੀ ਮੈਂ ਝੂਠ ਬੋਲਦਾ। ਜਦੋਂ ਅੰਦਰਲੇ ਨੂੰ ਪਤਾ ਲੱਗਿਆ ਉਹ ਨਾਮ ਦੀ ਤਾਰ ਉਸੇ ਵੇਲੇ ਟੁੱਟ ਜੂ, ਕਰਕੇ ਦੇਖ ਲਿਓ ਕਦੇ ਬਈ ਨਾਮ ਚੱਲਦਾ ਕਿ ਨਹੀਂ। ਇਮਾਨਦਾਰੀ ਨਾਲ ਦੱਸਿਓ, ਇੱਕ ਵਾਰੀ ਝੂਠ ਬੋਲ ਲਓ ਕਦੇ ਨਹੀਂ ਚੱਲਦਾ, ਕਿਉਂਕਿ ਸੱਚ ਜਿਹੜਾ ਹੈ ਉਹ ਵਾਹਿਗੁਰੂ ਹੈ, ਝੂਠ ਜਿਹੜਾ ਹੈ ਉਹ ਅਣਹੋਈ ਚੀਜ਼ ਹੈ। ਅਣਹੋਈ ਚੀਜ਼ ਨੂੰ ਜਦ ਅੰਦਰ ਵਾਲਿਆ ਤਾਂ ਫਿਰ ਸੱਚ ਜਿਹੜਾ ਹੈ ਉਹ ਲੋਪ ਹੋ ਜਾਏਗਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਕਹਿੰਦੇ ਫਿਰ ਮਨ ਦੇ ਵਿੱਚ ਪ੍ਰੀਤ ਹੋਣੀ ਚਾਹੀਦੀ ਹੈ ਵਾਹਿਗੁਰੂ ਦੇ ਦਰਸ਼ਨ ਦੀ। ਕਿਹਨੂੰ ਪ੍ਰੀਤ ਹੈ? ਕੌਣ ਹੈ ਜਿਹੜਾ ਪਿਆਰ ਦੇ ਵਿੱਚ ਰਹਿੰਦਾ? ਕੋਈ ਬਿਰਲਾ ਪੁਰਸ਼ ਹੈ, ਕੋਈ ਬਿਰਲਾ, ਸਾਰੇ ਨਹੀਂ ਹੈ। ਤੂੰ ਚੌ ਸੱਜਣ ਵੈਂਡਿਆ ਡੇਈ ਸਿਸ ਅਵਤਾਰ, ਨੈਣ ਮਾਂਜੇ ਤਰਸ ਦੇ ਕਦ ਪਸੀ ਦਿੱਤਾ। ਕੋਈ ਨਹੀਂ ਕਹਿੰਦਾ ਵੀ ਮੇਰਾ ਤੂੰ ਸੀਸ ਲੈ ਲੈ ਵਾਹਿਗੁਰੂ ਪਿਆਰਿਆ, ਮੈਨੂੰ ਇੱਕ ਵਾਰੀ ਦਰਸ਼ਨ ਕਰਾ ਦੇ ਉਹਦੇ। ਤੀਬਰਤਾ ਨਹੀਂ ਹੈ ਅੰਦਰ, ਐਵੇਂ ਬੁਝਿਆ ਹੋਇਆ ਦੀਵ ਹੈ, ਜਿਵੇਂ ਬੁਝਿਆ ਹੋਇਆ ਧੂਣਾ ਹੁੰਦਾ ਹੈ, ਉਹਦੇ ਵਿੱਚ ਪਾਣੀ ਪਾ ਦਿਉ ਅਤੇ ਐਵੇਂ ਧੂੰਆਂ ਜਿਹਾ ਨਿਕਲੀ ਜਾਂਦਾ, ਇਹੋ ਜਿਹਾ ਹਾਲ ਹੈ ਸਾਡਾ। ਪ੍ਰੀਤ ਨਹੀਂ ਅੰਦਰ ਹੈ, ਕੋਈ ਪ੍ਰੀਤ ਲੱਗੀ ਹੋਈ ਹੈ, ਪ੍ਰੀਤ ਹੋਰ ਚੀਜ਼ਾਂ ਦੀ ਹੈ। ਪਰ ਤੇਰੇ ਆ ਰੂਪ ਨਾ ਪੇਖੈ ਨੇਤਰ, ਪਰਾਏ ਰੂਪ ਤੱਕ ਨੇ। ਸਾਦਗੀ ਟਹਿਲ ਸੰਤ ਸੰਗ ਹੇਤ, ਦੋ ਚੀਜ਼ਾਂ ਆ ਗਈਆਂ, ਸਾਧ ਸੰਗਤ ਦੀ ਟਹਿਲ ਅਤੇ ਬੰਦਗੀ ਕਰਨ ਵਾਲਿਆਂ ਨਾਲ ਪਿਆਰ। ਇਹ ਦੋਵੇਂ ਚੀਜ਼ਾਂ ਨਹੀਂ ਸਾਡੇ ਕੋਲ, ਨਾ ਅਸੀਂ ਸੇਵਾ ਦੇ ਵਿੱਚ ਅਤੇ ਨਾ ਹਿਰਦੇ 'ਚ ਪਿਆਰ ਆਉਂਦਾ। ਦੇਖ ਕੇ ਬੰਦਗੀ ਕਰਨ ਵਾਲਿਆਂ ਨੂੰ ਪਿਆਰ ਬਿਰਲੇ ਵਿਰਲੇ ਨੂੰ ਆਉਂਦਾ, ਬਾਕੀ ਤਾਂ ਤਰਕ ਕਰਦੇ ਨੇ। ਜੇ ਨਹੀਂ ਪਿਆਰ ਆਉਂਦਾ ਤਰਕ ਤਾਂ ਨਾ ਕਰੋ, ਤਰਕ ਕਰਨ ਦੇ ਨਾਲ ਛੇ ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ। ਕਰਨਾ ਸੁਣੈ ਕਾਹੂ ਕੀ ਨਿੰਦਾ, ਕਿਸੇ ਦੀ ਨਿੰਦਿਆ ਕੰਨ ਨਾਲ ਸੁਣਨਾ ਕਰਨੀ ਤਾਂ ਇੱਕ ਪਾਸੇ ਰਹਿ ਗਈ। ਅਤੇ ਐਟੀਚਿਊਡ ਆਫ ਮਾਇੰਡ ਕੀ ਹੋਣਾ ਚਾਹੀਦਾ? ਕਹਿੰਦੇ ਐਂ ਸਮਝ ਸੱਚੀ ਮਿੱਚੀ ਉਹ ਦਿਲੋਂ, ਉੱਪਰੋਂ ਨਾ ਵਾਈ ਵਰਡਸ ਨਾ ਕਹਿ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁੱਖ ਬੰਦਾ। ਸੱਚੀ ਮਿੱਚੀ ਗੁਰੂ ਕੋਲ ਆ ਕੇ ਕਹਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਫਿਰ ਹੋਏਗਾ ਕੀ? ਕਬੀਰ ਸਾਹਿਬ ਕਹਿੰਦੇ ਹੋਣਾ ਕੀ ਹੈ, ਸਾਡੇ ਬਰਾਬਰ ਖੜ ਜਾਏਗਾ ਕਿ ਅਸੀਂ ਵੀ ਇੱਥੇ ਹੀ ਖੜੇ ਹਾਂ, ਸਾਡੇ ਨਾਲ ਜੇ ਖੜਨਾ ਹੈ ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਗੁਰੂਆਂ ਦੇ ਨਾਲ, ਤਾਂ ਆਹ ਐਟੀਚਿਊਡ ਆਫ ਮਾਇੰਡ ਕਰ ਲੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹੜਾ ਕਹਿੰਦਾ ਮੈਂ ਤਾਂ ਆਇਆ ਜੀ, ਮੈਂ ਤਾਂ ਆਇਆ, ਮੇਰਾ ਖਾ ਕਾਰੋਬਾਰ ਹੈ ਮੇਰਾ ਫਲਾਣਾ ਜੀ, ਮੈਂ ਬੜਾ ਚੰਗਾ ਜੀ, ਆਪਣੀ ਵਡਿਆਈ ਆਪਣੇ ਮੂੰਹੋਂ ਕਰੀ ਜਾ। ਕਹਿੰਦੇ ਨਾ ਫਿਰ ਤੇਰਾ ਸਾਡਾ ਸਾਥ ਨਹੀਂ ਹੈ, ਤੂੰ ਦਿਲੋਂ ਸਮਝ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿੰਦੇ ਐਂ ਕਹਿ ਸਭ ਤੇ ਜਾਣਾ ਹੈ ਆਪਸ ਕੋ ਮੰਦਾ, ਮੰਨ ਲੂ ਆਦਮੀ ਬੰਦਾ, ਬਿਲਕੁਲ ਮੰਨਣ ਨੂੰ ਤਿਆਰ ਨਹੀਂ, ਤਾਂ ਹੀ ਨਹੀਂ ਸਾਡੀ ਤਾਰ ਜੁੜੀ, ਕਿਉਂਕਿ ਇਹ ਗੱਲਾਂ ਅਸੀਂ ਅਪਣਾਉਂਦੇ ਨਹੀਂ ਹਾਂ ਜੀਵਨ 'ਚ। ਜਦ ਤਾਈ ਜੀਵਨ 'ਚ ਨਹੀਂ ਅਪਣਾਉਂਦੇ ਉਹਨਾਂ ਚਿਰ ਗੱਲ ਨਹੀਂ ਬਣਿਆ ਕਰਦੀ ਐਸਾ ਫਰਮਾਨ। ਖਾਣ ਖਾਣ ਕਹੇ ਜੇਬਾਂ ਨਾ ਸਵਾਦ, ਜੇਬਾਂ ਨਾ ਸਵਾਦ, ਅਗਨ ਅਗਨ ਕਹੇ ਸੀਤ ਨਾ ਵਿਨਾਸ਼, ਸਵਾਦ ਦੀਵਾਨਾ ਸਵਾਦ, ਅਗਨ ਅਗਨ ਕਹੇ ਸੀਸ ਨਾ ਵਿਨਾਸ਼, ਵੈਦ ਵੈਦ ਕਹੇ ਰੋਗ ਮਿਟ ਨਾ ਸਾ, ਰੋਗ ਨਾ ਮਿਟ, ਰੋਗ ਨਾ ਮਿਟ, ਉਹ ਦਰਬ ਦਰਬ ਕਹੇ ਤੂੰ ਦਰਬ ਨਾ ਵਿਨਾਸ਼। Thank you.
ਚੰਦਨ ਚੰਦਨ ਤੇਰੇ ਪ੍ਰਗਟੇ ਨਾ ਸਵਾਸ ਵਾਸ ਪ੍ਰਗਟੇ ਨਾ ਪ੍ਰਗਟੇ ਨਾ ਸਵਾਸ ਉਹ ਚੰਦ ਚੰਦ ਤੇਰੇ ਉਦੇ ਆਰੋ ਨਾ ਪ੍ਰਗਾਸ ਤੈਸੋ ਗਿਆਨ ਗੋਸ਼ਕ ਕਰਨ ਨਾ ਰਹਿ ਤੁਪਾਣ ਕਰਨ ਨਾ ਰਹਿ ਤੁਪਾਣ ਕਰਨੀ ਪ੍ਰਧਾਨ ਪਾਨ ਉਦਾਸ਼ ਹੈ ਕਰਨੀ ਪ੍ਰਧਾਨ ਪਾਨ ਉਦਾਸ਼ ਹੈ ਗਿਆਨ ਦੀਆਂ ਗੱਲਾਂ ਕਰੀ ਜਾਣੀ ਗਿਆਨ ਗੋਸ਼ਟ ਕਰਨੀ ਕਹਿੰਦੇ ਇਹਦੇ ਨਾਲ ਤਾਂ ਅਵਸਥਾ ਅੰਦਰਲੀ ਪ੍ਰਾਪਤ ਨਹੀਂ ਹੁੰਦੀ ਇਹ ਪ੍ਰਾਪਤ ਜਦ ਹੋਣੀ ਹੈ ਜਿਸ ਵਕਤ ਕਰਨੀ ਦੇ ਵਿੱਚ ਉੱਥੇ ਆ ਜਾਣਾ ਰਹਿਤ ਵਿੱਚ ਆ ਜਾਣਾ ਅਪਰ ਉਪਦੇਸ਼ ਹੈ ਆਪ ਨਾ ਕਰੇ ਆਪਤ ਜਾਵਤ ਜਨਮੈ ਮਰ ਦੂਸਰਿਆਂ ਨੂੰ ਉਪਦੇਸ਼ ਕਰਦਾ ਗਿਆਨ ਗੋਸ਼ਟ ਕਰਦਾ ਆਪ ਕਰਦਾ ਨਹੀਂ ਹੈ ਔਰਨ ਕਹਾ ਉਪਦੇਸ਼ਤ ਹੈ ਬਸ ਤੋਹੇ ਪ੍ਰਬੋਧ ਨਾ ਲੱਗ ਗਿਆ ਮਹਾਰਾਜ ਕਹਿੰਦੇ ਬਾਕੀਆਂ ਨੂੰ ਤਾਂ ਉਪਦੇਸ਼ ਕਰੀ ਜਾਂਦਾ ਕਹਿੰਦੇ ਐਨੀ ਵਾਲਾ ਹੈ ਤੂੰ ਤੈਨੂੰ ਕੋਈ ਭੋਰਾ ਜਿੰਨਾ ਵੀ ਗਿਆਨ ਨਹੀਂ ਆਇਆ ਸੋ ਇਸ ਤਰ੍ਹਾਂ ਦੇ ਨਾਲ ਜਦ ਤੱਕ ਅਸੀਂ ਗੁਰੂ ਦੀ ਦੱਸੀ ਹੋਈ ਰਹਿਤ 'ਤੇ ਨਹੀਂ ਚੱਲਦੇ ਉਹਨਾਂ ਚਿਰ ਗੱਲ ਨਹੀਂ ਚੱਲਦੀ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ 'ਤੇ ਜਾਣਾ ਆਪਸ ਕੋਮਨ ਗੁਰਪ੍ਰਸ਼ਾਦ ਵਿਖਿਆ ਪਰ ਹੈ ਗੁਰੂ ਦੀ ਕਿਰਪਾ ਨਾਲ ਜਿਹੜੀ ਮਾਇਆ ਦਾ ਲਿਊਜ਼ਨ ਪਿਆ ਹੋਇਆ ਇਹ ਛੁੱਟਦਾ ਮਨ ਕੀ ਵਾਸ਼ਨਾ ਮਨ 'ਤੇ ਟਰੇ ਜਿਹੜੀਆਂ ਮਨ ਦੇ ਅੰਦਰ ਬੇਅੰਤ ਵਾਸ਼ਨਾਵਾਂ ਨੇ ਉਹ ਜਿੰਨਾ ਚਿਰ ਨਹੀਂ ਛੱਡਦਾ ਉਨੀ ਦੇਰ ਤੱਕ ਭਜਨ ਕਰੇਗਾ ਕਿ ਵਾਸ਼ਨਾ ਦਾ ਭਜਨ ਕਰੇਗਾ ਵਾਸ਼ਨਾ ਦਾ ਭਜਨ ਹੁੰਦਾ ਰੱਬ ਦਾ ਜਿੰਨਾ ਚਿਰ ਪਿਆਰ ਹਿਰਦੇ 'ਚ ਨਹੀਂ ਜਾਗਦਾ ਦ੍ਰਿੜਤਾ ਨਹੀਂ ਆਉਂਦੀ ਉਨੀ ਦੇਰ ਤੱਕ ਗੱਲ ਨਹੀਂ ਚੱਲਿਆ ਕਰਦੀ ਸੋ ਵਾਸ਼ਨਾ ਕਿੱਥੇ ਤੱਕ ਆਦਮੀ ਦੇ ਨਾਲ ਜਾਂਦੀ ਹੈ ਇੱਕ ਵਾਰੀ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਰੂਹਾਨੀ ਦਰਬਾਰ ਲਾਈ ਬੈਠੇ ਵਿਸ਼ਿਸ਼ਟ ਆਦਿ ਸਾਰੇ ਵੱਡੇ ਵੱਡੇ ਮਹਾਂਪੁਰਸ਼ ਬੈਠੇ ਨੇ ਵਿਚਾਰ ਹੋ ਰਹੀ ਹੈ ਰੂਹਾਨੀ ਅਤੇ ਅਚਾਨਕ ਆਪ ਦੋਵੇਂ ਹੱਥ ਦੀ ਤਾਲੀ ਮਾਰ ਕੇ ਹੱਥੇ ਹੱਥ ਮਾਰਿਆ ਤਾਲੀ ਮਾਰੀ ਅਤੇ ਉੱਚੀ ਉੱਚੀ ਹੱਸ ਪਏ ਸਾਰੇ ਹੈਰਾਨ ਹੋ ਗਏ ਵੀ ਇੰਨੇ ਜ਼ੋਰ ਦੀ ਹੱਸੇ ਨੇ ਤਾਂ ਉਸ ਵੇਲੇ ਪੁੱਛਿਆ ਵਿਸ਼ਿਸ਼ਟ ਜੀ ਨੇ ਹੇ ਰਾਮ ਜੀ ਕਿਰਪਾ ਕਰਕੇ ਇਹ ਤਾਂ ਦੱਸੋ ਕਿ ਆਪਦੇ ਹੱਸਣ ਦਾ ਕੀ ਕਾਰਨ ਹੈ ਕਹਿਣ ਲੱਗੇ ਵਿਸ਼ਿਸ਼ਟ ਜੀ ਤੁਸੀਂ ਤਾਂ ਜਾਣਦੇ ਹੋ ਤ੍ਰਿਕਾਲਦਰਸ਼ੀ ਪੁਰਸ਼ ਹੋ ਕਹਿੰਦੇ ਨਹੀਂ ਮਹਾਰਾਜ ਸਭਾ 'ਤੇ ਪ੍ਰਗਟ ਕਰੋ ਕਹਿੰਦੇ ਆ ਕੀੜੇ ਨੂੰ ਦੇਖ ਕੇ ਹੱਸੇ ਕਹਿੰਦੇ ਮਹਾਰਾਜ ਕੀੜੇ ਦੀਆਂ ਪਿਛਲੀਆਂ ਦੋ ਲੱਤਾਂ ਟੁੱਟੀਆਂ ਹੋਈਆਂ ਵੀ ਇਹਦੇ 'ਚ ਹੱਸਾ ਕੀ ਕਹਿੰਦੇ ਇਹ ਉੱਪਰ ਨੂੰ ਚੜ੍ਹਦਾ ਗਿਰ ਜਾਂਦਾ ਉੱਪਰ ਨੂੰ ਚੜ੍ਹਦਾ ਗਿਰ ਜਾਂਦਾ ਇਹਦੇ 'ਚ ਤਾਂ ਨਹੀਂ ਸਤਪੁਰਸ਼ ਹੱਸਿਆ ਕਰਦੇ ਅਣਜਾਣ ਬੰਦੇ ਤਾਂ ਜ਼ਰੂਰ ਹੱਸਣਗੇ ਦੇਖ ਕੇ ਵੀ ਚੜ੍ਹ ਨਹੀਂ ਹੁੰਦਾ ਵਿੱਚੋਂ ਭੇਤ ਖੋਲੋ ਕਹਿਣ ਲੱਗੇ ਵਿਸ਼ੇਸ਼ ਜੀ ਆਹ ਜਿਹੜਾ ਕੀੜਾ ਹੈ ਇਹ ਵਾਹਿਗੁਰੂ ਦੀ ਕੁਦਰਤ ਇੰਨੀ ਬੇਅੰਤ ਬੇਅੰਤ ਹੈ ਜਿਹਦਾ ਕੋਈ ਪਤਾ ਨਹੀਂ ਵੀ ਕਦ ਸ੍ਰਿਸ਼ਟੀ ਸ਼ੁਰੂ ਹੋਈ ਹੈ ਕੁਛ ਨਹੀਂ ਪਤਾ ਕੋਈ ਪਤਾ ਨਹੀਂ ਇਹ ਕਦ ਤੱਕ ਸ੍ਰਿਸ਼ਟੀ ਨੇ ਰਹਿਣਾ ਅੱਟੇ ਸੱਟੇ ਸੰਸਾਰ ਲਾਉਂਦਾ ਇਹ ਵਾਹਿਗੁਰੂ ਆਪ ਹੀ ਜਾਣਦਾ ਜਿਹਨੇ ਇਹ ਪਸਾਰਾ ਵਸਾਇਆ ਕਿਸ ਭਾਵ ਹੈ ਤਾਂ ਕਰੇ ਵਿਸਤਾਰ ਅਤੇ ਸੁਭਾਵ ਹੈ ਤੇ ਇਕੰਕਾਰ ਕਦ ਪਾਉਂਦਾ ਹੈ ਉਹਨੂੰ ਉਹ ਕਿਸੇ ਟਾਈਮ ਦੇ ਅੰਦਰ ਨਹੀਂ ਗਿਣੇ ਦੇ ਟਾਈਮ ਵਿਸ਼ੇਸ਼ ਸ਼ਾਸਤਰ ਨੇ ਮਹਾਰਾਜ ਨੇ ਵੀ ਪ੍ਰਵਾਨ ਕਰਿਆ ਕਾਲ ਪਾਏ ਬਰਮਾ ਉਤਪਤ ਕਾਲ ਦੇ ਨਾਲ ਇਹ ਬਰਮਾ ਦੀ ਉਤਪਤੀ ਹੋਈ ਕਾਲ ਦੇ ਨਾਲੇ ਸ਼ਿਵ ਜੀ ਕਾਲ ਦੇ ਨਾਲੇ ਸਗਲ ਕਾਲ ਦਾ ਕੀ ਆ ਤਮਾਸ਼ਾ ਸਾਰਾ ਕਾਲ ਦਾ ਤਮਾਸ਼ਾ ਹੋ ਰਿਹਾ ਟਾਈਮ ਦੀ ਬਾਤ ਚੱਲ ਰਹੀ ਉਹਨਾਂ ਨੇ ਟਾਈਮ ਲਿਮਿਟ ਸਾਈਕਲ ਬਣਾਏ ਹੋਏ ਵੀ ਜਦ 4,32,00,00,000 ਸਾਲ ਲੰਘ ਜਾਂਦੇ ਨੇ ਉਸ ਵੇਲੇ ਬਰਮਾ ਦਾ ਇੱਕ ਦਿਨ ਹੋ ਜਾਂਦਾ ਹੈ ਜਦੋਂ ਰਾਤ ਪੈਂਦੀ ਹੈ ਉਸ ਵੇਲੇ ਆ ਜਿੰਨਾ ਦਿਸਦਾ ਆਪਾਂ ਨੂੰ ਸਾਰਾ ਇਹ ਸਭ ਖਤਮ ਹੋ ਜਾਂਦਾ ਇੱਥੇ ਕੁਛ ਨਹੀਂ ਰਹਿੰਦਾ 4,32,00,00,000 ਸਾਲ ਫਿਰ ਐਂ ਹੀ ਰਹਿੰਦਾ ਅਤੇ ਫਿਰ ਉਹਦਾ ਇੱਕ ਦਿਨ ਹੈ ਫਿਰ 365 ਦਿਨ ਦਾ ਉਹਦਾ ਸਾਲ ਹੈ ਅਤੇ ਫਿਰ 100 ਸਾਲ ਦੀ ਉਮਰ ਹੈ 36,500 ਵਾਰੀ ਉਹਦੀ ਜ਼ਿੰਦਗੀ ਦੇ ਅੰਦਰ ਆ ਸੰਸਾਰ ਬਣਦਾ ਹੈ ਅਤੇ ਇੰਨੀਓ ਵਾਰੀ ਇਹ ਜਾਂਦਾ ਅਤੇ ਫਿਰ ਨਵਾਂ ਬਰਮਾ ਫਿਰ ਆ ਜਾਂਦਾ ਕੋਟ ਬਰਮਾ ਜਗ ਸਾਜ ਬਰਮੇ ਜਗ ਸਾਜਣ ਲਾਏ ਮਹਾਰਾਜ ਕਹਿੰਦੇ ਕਰੋੜਾਂ ਹੀ ਬਰਮੇ ਆ ਚੁੱਕੇ ਨੇ 1-2-4 ਨਹੀਂ ਹੈ ਬਹੁਤ ਵੱਡੀ ਗਿਣਤੀ ਕਰੀ ਆ ਇੱਕ ਇਸ ਤਰ੍ਹਾਂ ਦੀ ਇੱਕ ਸ਼ਿਵ ਪਏ ਰਾਮ ਚੰਦਰ Thank you.
ਚੱਕਰ ਦੇ 16 ਕਰੋੜ ਖਰਬ ਸਾਲ ਦੀ ਹੈ। 16 ਲੱਖ ਖਰਬ ਸਾਲ ਦੀ ਸਾਲਾਂ ਦੇ ਹਿਸਾਬ ਵਿੱਚ ਵਰਮਾ ਦੀ ਉਮਰ। ਸੋ ਕਹਿਣ ਲੱਗੇ ਅਸੀਂ ਵਾਹਿਗੁਰੂ ਦੀ ਬੇਅੰਤਤਾ ਦੇ ਉੱਤੇ ਕੁਰਬਾਨ ਜਾਂਦੇ ਹਾਂ ਕਿ ਆਹ ਜਿਹੜਾ ਕੀੜਾ ਹੈ ਅੱਜ ਤੋਂ ਪਹਿਲਾਂ 14 ਵਾਰੀ ਇੰਦਰ ਦੇ ਤਖ਼ਤ 'ਤੇ ਬੈਠ ਚੁੱਕਿਆ ਸਵਰਗ ਲੋਕ ਦਾ ਰਾਜਾ ਬਣ ਕੇ, ਪਰ ਭੋਗਾਂ ਦੀ ਵਾਸ਼ਨਾ ਇਹਦੇ ਮਨ ਦੇ ਅੰਦਰ ਇੰਨੀ ਡੂੰਘੀ ਚਲੀ ਗਈ ਹੈ, ਇਹਨੂੰ ਪਤਾ ਹੈ ਕਿ ਮੈਂ 84 ਭੋਗ ਰਿਹਾ, ਵੀ ਛੇਤੀ ਛੇਤੀ 84 ਭੋਗ ਕੇ ਮਨੁੱਖ ਬਣਾ, ਉਹਦੇ ਬਾਅਦ ਮੈਂ ਫਿਰ ਉਹੀ ਕਰਮ ਕਰਾਂ ਕਿ ਮੈਂ ਸਵਰਗ ਲੋਕ ਦਾ ਰਾਜਾ ਬਣਾ। ਇਸ ਮੂੜ ਨੂੰ ਕਹਿੰਦੇ ਇਹ ਨਹੀਂ ਪਤਾ ਕਿ ਕਿੰਨੀ ਵਾਰੀ ਅੱਗੇ ਗਿਰ ਚੁੱਕਿਆ ਅਤੇ ਪਰਮ ਪਦ ਦੀ ਪ੍ਰਾਪਤੀ ਕਰ ਜਿੱਥੋਂ ਫਿਰ ਆਉਣਾ ਨਾ ਹੋਵੇ, ਆਪਣੇ ਸਰੂਪ ਦੀ ਗਿਆਤ ਕਰ, ਆਪਣੇ ਸਰੂਪ 'ਚ ਸਮਾਈ ਕਰ। ਸੋ ਇਸ ਤਰ੍ਹਾਂ ਵਾਸ਼ਨਾ ਜਿਹੜੀ ਹੈ ਇਹ ਨਹੀਂ ਹਟਿਆ ਕਰਦੀ ਸਾਧ ਸਿੰਘ, ਵਾਸ਼ਨਾ ਹੀ ਹੈ ਜਿਹੜੀ ਮਨ ਨੂੰ ਟਿਕਣ ਨਹੀਂ ਦੇਣੀ। ਨਵਾਬ ਦੌਲਤ ਖਾਨ ਨੇ ਜਦੋਂ ਨਵਾਜ਼ ਪੜ੍ਹੀ ਤਾਂ ਮਹਾਰਾਜ ਨੇ ਕਿਹਾ ਵੀ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਤੁਸੀਂ ਸਾਡੇ ਨਾਲ ਨਵਾਜ਼ ਨਹੀਂ ਪੜ੍ਹੀ, ਤੁਸੀਂ ਪੜ੍ਹਨ ਵਾਸਤੇ ਆਏ ਸੀ। ਮਹਾਰਾਜ ਕਹਿੰਦੇ ਅਸੀਂ ਤਾਂ ਪੜ੍ਹ ਲਈ ਅਤੇ ਤੁਸੀਂ ਨਹੀਂ ਪੜ੍ਹੀ। ਕਾਜ਼ੀ ਕਹਿਣ ਲੱਗਿਆ ਨਵਾਬ ਸਾਹਿਬ ਦੇਖੋ ਨਾਨਕ ਜੀ ਕੀ ਕਹਿ ਰਹੇ। ਨਵਾਬ ਫਿਰ ਕਹਿਣ ਲੱਗਿਆ ਕਿ ਨਾਨਕ ਜੀ ਮੈਂ ਨਵਾਜ਼ ਪੜ੍ਹੀ ਹੈ। ਮਹਾਰਾਜ ਕਹਿੰਦੇ ਤੂੰ ਤਾਂ ਜਦੋਂ ਅੱਧਾ ਕਲਮਾ ਇਲੇਲਾ ਕਿਹਾ, ਲਾ ਇਲਾ ਨਹੀਂ ਤਾਂ ਕਹਿਣ ਦਿੱਤਾ, ਤੂੰ ਤਾਂ ਉਸ ਤੋਂ ਪਹਿਲਾਂ ਹੀ ਇੱਥੋਂ ਕਾਬਲ ਕੰਧਾਰ ਨਿਕਲ ਕੇ ਜਾ ਕੇ ਘੋੜੇ ਖਰੀਦਣ ਲੱਗ ਗਿਆ, ਤੇਰਾ ਸਰੀਰ ਉੱਠਦਾ ਬੈਠਦਾ ਰਿਹਾ, ਲੇਕਿਨ ਤੂੰ ਤਾਂ ਇੱਥੇ ਨਹੀਂ ਸੀਗਾ, ਤੂੰ ਤਾਂ ਨਵਾਜ਼ੀ ਨਹੀਂ ਬਣਿਆ, ਤੇਰੇ ਸਰੀਰ ਨੇ ਇੱਕ ਡਰਾਮਾ ਜਿਹਾ ਕਰਿਆ। ਕਾਜੀ ਕਹਿਣ ਲੱਗਿਆ ਫਿਰ ਮੇਰੇ ਨਾਲ ਪੜ੍ਹਨੇ ਦੇ। ਮਹਾਰਾਜ ਕਹਿੰਦੇ ਤੂੰ ਘਰ ਦੇ ਅੰਦਰ ਘੋੜੀ ਸੂਈ ਸੀ, ਵਛੇਰੀ ਛੋਟੀ ਹੈ ਅਤੇ ਖੂਹੀ ਸੀਗੀ ਉਹਦੀ ਮੌਣ ਨਹੀਂ ਹੈ, ਤੂੰ ਉਹਦੇ ਮੰਜਾ ਦੇਣਾ ਭੁੱਲ ਗਿਆ, ਤੂੰ ਤਾਂ ਉੱਥੇ ਮੌਣ 'ਤੇ ਖੜਾ ਵਛੇਰੀ ਮੋੜਦਾ ਰਿਹਾ। ਸੋ ਮਨ ਨਹੀਂ ਟਿਕਦਾ ਉਸ ਵੇਲੇ ਇਹਨੇ ਸਵਾਲ ਕਰਿਆ, ਹੇ ਨਾਨਕ ਆਪ ਕਿਰਪਾ ਕਰਕੇ ਇਹ ਦੱਸੋ ਵੀ ਮਨ ਕਿਵੇਂ ਟਿਕੇ, ਕਿਉਂ ਭਜਨ ਕਰਦੇ ਹਾਂ, ਤਸਵੀ ਫੇਰਦੇ ਹਾਂ, ਨਵਾਜ਼ ਪੜ੍ਹਦੇ ਹਾਂ, ਜਦੋਂ ਕੁਰਾਨ ਸ਼ਰੀਫ ਪੜ੍ਹਦੇ ਹਾਂ ਮਨ ਉੱਚ ਐਵੇਂ ਜਿਵੇਂ ਮਾਰਦਾ ਸੈਰਾਂ ਸਪਾਟੇ, ਇਹ ਤਾਂ ਟਿਕਦਾ ਨਹੀਂ ਹੈ, ਕਿਰਪਾ ਕਰਕੇ ਕੋਈ ਯੁਗ ਦੱਸੋ। ਗੁਰੂ ਨਾਨਕ ਕਹਿਣ ਲੱਗੇ ਮਨ ਜਿਹੜਾ ਹੈ ਇਹ ਵਾਸ਼ਨਾ ਦਾ ਵਧਿਆ ਹੋਇਆ ਦੌੜਿਆ ਫਿਰਦਾ, ਜਦ ਤੱਕ ਵਾਸ਼ਨਾ 'ਤੇ ਕੰਟਰੋਲ ਨਹੀਂ ਕਰਦੇ ਮਨ 'ਤੇ ਕੰਟਰੋਲ ਨਹੀਂ ਹੁੰਦਾ, ਕੰਮ ਸਾਰਾ ਹੀ ਮਨ ਦਾ ਹੈ। ਮਾਮਾ ਮਨ ਸੋ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੋ ਕਹੇ ਕਬੀਰਾ, ਮਨ ਸਾ ਮਿਲਿਆ ਰਹੇ। ਜੇ ਮਨ ਨੇ ਹੀ ਨਾ ਸਾਥ ਦਿੱਤਾ ਤਾਂ ਭਜਨ ਕਾਹਦਾ ਕਰ ਲਾਂਗੇ, ਇੱਕ ਮਕੈਨੀਕਲ ਪ੍ਰੋਸੈਸ ਹੋ ਜਾਏਗਾ ਜਦ ਤੱਕ ਮਨ ਸਾਥ ਨਹੀਂ ਦਿੰਦਾ। ਜਾਪ ਕੀਏ ਅਤੇ ਜਾਪ ਕੇ ਕੀਏ ਅਤੇ ਜਾਪ ਪਾਈਏ ਤਾਂ ਜਾਪ ਦੇ ਪੂਜਣਾ ਸਦੀਪ ਤੋਂ ਹੀ ਉਚਰਤ ਹੈ।
ਕਹਿੰਦੇ ਆ ਜਾਨਵਰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰੀ ਜਾਂਦਾ, ਫਿਰ ਤੂੰ ਕਰੀ ਜਾ, ਕੀ ਫਰਕ ਪੈਂਦਾ ਦੋਵਾਂ ਦਾ? ਉਹ ਵੀ ਜਾਨਵਰ ਜਿਉਂਦਾ, ਤੂੰ ਵੀ ਜਿਉਂਦਾ, ਤੇਰਾ ਮਨ ਸਾਥ ਦੇਵੇ ਫਿਰ ਗੱਲ ਬਣਦੀ ਹੈ। ਸੋ ਮਹਾਰਾਜ ਕਹਿਣ ਲੱਗੇ, ਨਵਾਬ ਸਾਹਿਬ, ਮਨ ਜਿਹੜਾ ਹੈ ਵਾਸ਼ਨਾ ਦਾ ਬੰਨਿਆ ਪਿਆ, ਪੁੱਤਰ ਵਾਸ਼ਨਾ ਹੈ, ਲੋਕ ਵਾਸ਼ਨਾ ਹੈ, ਧਨ ਵਾਸ਼ਨਾ ਹੈ, ਅਹੁਦੇ ਦੀ ਵਾਸ਼ਨਾ ਹੈ, ਉਸਤ ਦੀ ਵਾਸ਼ਨਾ ਹੈ, ਇੱਕ ਵਾਸ਼ਨਾ ਹੈ, ਸ਼ਾਸਤਰ ਦੀ ਵਾਸ਼ਨਾ ਹੈ, ਅਨੁਸ਼ਠਾਨ ਵਾਸ਼ਨਾ ਹੈ। ਵਾਸ਼ਨਾ ਤੇ ਜਦ ਤੋਂ ਆਦਮੀ ਬੱਚਾ ਪੈਦਾ ਹੁੰਦਾ, ਬੱਚੇ ਨੂੰ ਵਾਸ਼ਨਾ ਦੁੱਧਦੀ ਹੈ, ਉੱਥੋਂ ਤੋਂ ਹੀ ਵਾਸ਼ਨਾ ਲੱਗ ਜਾਂਦੀ ਹੈ। ਨਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਰਦੇ ਤੱਕ ਨਹੀਂ ਵਾਸ਼ਨਾ ਹਟਦੀ, ਜਦ ਤੱਕ ਆਦਮੀ ਦਾ ਜਨਾਜ਼ਾ ਨਹੀਂ ਨਿਕਲਦਾ ਉਸ ਵੇਲੇ ਤੇ ਨਹੀਂ ਜਾਂਦੀ, ਫਿਰ ਜਾਂ ਮਰ ਜਾਂਦਾ ਉਹਦੇ ਨਾਲ ਵਾਸ਼ਨਾ ਦੀ ਪੰਡ ਫੇਰ ਜਾਂਦੀ ਹੈ। ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਵਾਸ਼ਨਾ ਵੱਧਾ ਆਵੈ ਜਾਏ, ਕਹਿੰਦੇ ਉਹਦਾ ਬੰਨਿਆ ਹੋਇਆ ਫੇਰ ਜਾਂਪੂ। ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਵਾਲੇ ਉਤਰੈ, ਪ੍ਰੇਤ ਬਣ ਜਾਏਗਾ, ਕਿਉਂਕਿ ਵਾਸ਼ਨਾ ਮੰਦਰਾਂ ਦੀ ਆ ਗਈ, ਮਕਾਨਾਂ ਦੀ, ਪ੍ਰੋਪਰਟੀ ਦੀ ਆ ਗਈ। ਸੋ ਵਾਸ਼ਨਾ ਦਾ ਬੰਨਿਆ ਜਾਂਦਾ। ਸੋ ਮਹਾਰਾਜ ਕਹਿੰਦੇ ਮਨ ਕੀ ਵਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਜ ਦੋ ਤੇ ਰਹਿ। ਇੰਦਰੀਆਂ ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜੇ ਇੰਦਰੀਆਂ ਦੇ ਪੰਜ ਵਿਸ਼ੇ ਨੇ, ਇਹਨਾਂ ਦੇ ਉੱਤੇ ਕੰਟਰੋਲ ਕਰੇ। ਅਤੇ ਪੰਜ ਜਿਹੜੇ ਦੋਖ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੇ ਰਹਿਤ ਹੋਵੇ। ਫਿਰ ਮਹਾਰਾਜ ਕਹਿੰਦੇ ਸਾਰੇ ਬੰਦੇ ਥੋੜ੍ਹੇ ਨੇ ਪ੍ਰੇਮੀਓ, ਨਾਨਕ ਕੋਟ ਮਦੇ ਕੋ ਐਸਾ ਫਰਸ, ਕਰੋੜਾਂ 'ਚ ਇੱਕ ਹੈ ਜਿਹਦਾ ਨਾਮ ਚੱਲਦਾ ਹੈ, ਬਾਕੀ ਠੀਕ ਹੈ, ਮਿਹਨਤ ਕਰਦੇ ਨੇ, ਆਪਣਾ ਜਨਮ ਗੁਆਰ ਲੰਘ ਜਾਂਦਾ, ਕਦੇ ਮਨ ਲੱਗ ਗਿਆ ਕਦੇ ਨਾ ਲੱਗ। ਦੂਸਰਾ ਹੈ ਕਿ ਹਿਰਦੇ ਦੇ ਵਿੱਚ ਕਪਟ ਹੋਵੇ, ਉੱਤੋਂ ਉੱਤੋਂ ਕਰਦਾ ਕੀਰਤਨ ਕਰਦਾ ਰੋਣ ਵੀ ਲੱਗ ਜਾਂਦਾ, ਕੋਈ ਔਖਾ ਨਹੀਂ ਹੈ, ਭਾਵਕ ਗੱਲ ਛੇੜ ਲਓ ਆਦਮੀ ਰੋ ਪੈਂਦਾ। ਇਹਦੇ ਨਾਲ ਇਹ ਤਾਂ ਨਹੀਂ ਹੈ ਵੀ ਇਹਦੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ, ਉਹ ਤਾਂ ਭਾਵਕ ਹੈ, ਮੂਡ ਹੈ, ਇਮੋਸ਼ਨ ਹੈ, ਇਮੋਸ਼ਨ 'ਚ ਆ ਜਾਂਦਾ, ਚਿੱਠੀ ਪੜ੍ਹਦਾ ਹੀ ਬੰਦਾ ਰੋਣ ਲੱਗ ਜਾਂਦਾ। ਮਹਾਰਾਜ ਕਹਿੰਦੇ ਜੇ ਅੰਦਰੋਂ ਕਪਟ ਨਹੀਂ ਜਾਂਦਾ, ਹਿਰਦਾ ਨਰਮ ਨਹੀਂ ਹੁੰਦਾ, ਹਿਰਦਾ ਨਹੀਂ ਅੰਦਰੋਂ ਭਿੱਜਦਾ, ਇਹ ਕਠੋਰ ਰਹਿੰਦਾ ਹੈ, ਕਹਿੰਦੇ ਫਿਰ ਤਾਂ ਨਹੀਂ ਰੱਬ ਮਿਲਦਾ। ਇਸ ਤਰ੍ਹਾਂ ਫਰਮਾਨ ਕਰਦੇ ਹਿਰਦੇ ਹੋਵੇ ਕਪਟ ਪੁਕਾਰ ਨਹੀਂ ਹੋ ਰੱਬ ਮਿਲਦਾ। ਹਿਰਦੇ ਹੋਵੇ ਕਪਟ ਪੁਕਾਰ ਨਹੀਂ ਹੋ ਰੱਬ ਮਿਲਦਾ, ਹੋਵੇ ਕਪਟ ਪੁਕਾਰ ਨਹੀਂ ਹੋ ਰੱਬ ਮਿਲਦਾ। ਜੈ ਰਾਮ ਰਾਜੇ ਅੰਦਰ ਕਪਟ ਵਿਚਾਰ ਹੈ
ਸਭ ਚੁੱਪ ਕਰ ਰੋਈ ਜਾਣੀ ਸਭ ਜਾਣਦਾ ਹਰ ਕਰਦਾ ਸਭ ਕੁਛ ਜਾਣਦਾ ਤੇਰੇ ਰੋਗਲਾ ਕਦੀ ਜੈ ਗੁਰੂਗੇ ਸੁਖ ਹੈ ਹਰ ਪਲ ਤਿਆਰ ਲੀ ਜੈ ਕਵਿਤਾ ਸੁਖ ਹੈ